ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਚੋਟੀ ਦੇ ਮਸ਼ਹੂਰ ਫਿਲਮੀ ਸਟਾਰ ਨੂੰ ਕਾਰ ਵਿੱਚ ਬੈਠਣ ਲੱਗਿਆਂ ਮਾਰੀ ਗਈ ਗੋਲੀ ਹੋਈ ਮੌਤ ਸ਼ਾਇਆ ਸੋਗ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਅਜਿਹੇ ਅਨਸਰ ਜਿਹੜੇ ਸ਼ਰਾਤੀ ਹੁੰਦੇ ਨੇ ਮਾਹੌਲ ਨੂੰ ਖਰਾਬ ਕਰਨ ਦਾ ਕੋਈ ਨਾ ਕੋਈ ਬਦਲ ਲੱਭ ਲੈਂਦੇ ਨੇ ਜਿਸ ਨਾਲ ਉਹਨਾਂ ਵੱਲੋਂ ਕੋਈ ਜਿਹਾ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਜਿਸ ਨਾਲ ਦਰਸ਼ ਦਾ ਮਾਹੌਲ ਪੈਦਾ ਹੁੰਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਨੇ ਚੋਟੀ ਦੇ ਮਸ਼ਹੂਰ ਫਿਲਮ ਸਟਾਰ ਨੂੰ ਕਾਰ ਵਿੱਚ ਬੈਠਣ ਲੱਗਿਆਂ ਗੋਲੀ ਮਾਰੀ ਗਈ ਹੈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਜਾਨ ਇਸ ਘਟਨਾ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਨਿਊਯਾਰਕ ਤੋਂ ਸਾਹਮਣੇ ਆਈਆ ਤਸਵੀਰ ਦੇ ਵਿੱਚ ਤੁਸੀਂ ਉਸ ਕਲਾਕਾਰ ਨੂੰ ਦੇਖ ਸਕਦੇ ਹੋ ਜਿੱਥੇ ਆਈਸ ਟੀ ਫਿਲਮ ਦੇ ਲੇਖਕ ਅਤੇ ਨਿਰਮਾਤਾ ਨੂੰ ਉਸ ਸਮੇਂ ਗੋਲੀ ਦਾ ਸ਼ਿਕਾਰ ਹੋਣਾ ਪਿਆ ਜਦੋਂ ਉਹ ਆਪਣੀ ਕਾਰ ਵਿੱਚ ਬੈਠ ਰਹੇ ਸਨ ਇਹ ਘਟਨਾ ਲੌਂਗ ਆਈਲੈਂਡ ਸਿਟੀ ਦੇ ਵਿੱਚ ਵਾਪਰੀਆ ਜਿੱਥੇ ਇਹ ਫਿਲਮ ਸਟਾਰ ਜੋਸੇਫ ਤਾਹੀਨ ਬ੍ਰਾਇਨ ਜੈਕਸਨ ਪਾਰਕ ਲਗਜ਼ਰੀ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਗੱਡੀ ਵਿੱਚ ਬੈਠਣ ਲੱਗੇ ਸਨ ਉੱਥੇ ਹੀ ਉਹਨਾਂ ਨੇ ਆਪਣੀ ਨਵੀਂ ਮਰਸਡੀਜ਼ ਬੈਂਜ਼ ਦੇ ਵਿੱਚ ਬੈਠਦਿਆਂ ਹੀ ਘਟਨਾ ਵਾਪਰੀੀ ਰਾਤ 11:15 ਤੇ ਘਟਨਾ ਵਾਪਰੀਆ 50 ਸਾਲਾਂ ਅਦਾਕਾਰ ਦੀ ਹੋਈ ਮੌਤ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਇਸ ਹਾਦਸੇ ਵਿੱਚ ਉਹਨਾਂ ਦੀ ਘੜਨਾ ਸਥਾਨ ਉੱਪਰ ਹੀ ਮੌਤ ਹੋ ਗਈ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੇਸ਼ ਵਿਦੇਸ਼ ਦੀਆਂ ਸ਼ਖਸੀਅਤਾਂ ਵੱਲੋਂ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਤਸਵੀਰ ਦੋਸਤੋ ਤੁਸੀਂ ਆਈਐਸਟੀ ਫਿਲਮ ਦੇ ਲੇਖਕ ਅਤੇ ਨਿਰਮਾਤਾ ਦੀ ਦੇਖ ਸਕਦੇ ਹੋ ਜਿਨ੍ਹਾਂ ਨੂੰ ਆਪਣੀ ਨਵੀਂ ਲਗਜ਼ਰੀ ਗੱਡੀ ਮਰਸੀਡੀਜ਼ ਬੈਂਜ਼ ਦੇ ਵਿੱਚ ਬੈਠਣ ਸਮੇਂ ਰਾਤ 11:00 ਵਜੇ 15 ਮਿੰਟ ਤੇ ਸੜਕ ਦੇ ਉੱਪਰ ਸ਼ਰੀਆਮ ਗੋਲੀ ਮਾਰ ਦਿੱਤੀ ਗਈ ਧੰਨਵਾਦ